हाँ भी दोस्तों, की हाल चाल ने। मैं आस करदा तुसी सारे ठीक होंगे। ते अज आपां चले आ गुरद्वारा श्री ममताजगढ़ साहब, जिहड़ा कि रोपड़ जिले दे विच पै जांदा। ते इह गुरद्वारा साहब बाबा बचित्र सिंह जी नाल संबंध रखदा। ते उस सिलसिले दे विच अज तुहानूं गुरद्वारा साहब लै के चले आ। ते इस टाइम असीं खड़े आ नीलों वाली नहर ते, इह नीलों वाला पोला पिछे जिहड़ा सीधा समराले नूं जांदा, ते आ जिहड़ा मगर रोड जा रहा सीधा रोपड़ नूं जांदा। और आ रोड मगरों आ रहा वह सामने जिसे दरगाह वा, ये आ रहा वा इधरों अपने लुधियाने वाली साइड तो। ते आपां जाना वा रोपड़ नूं। ये मेरा बड़ा भरा दविंदर सिंह, ते आ अपने उधर सवारी अपनी तैयार खड़ी है। ते आपां चलते हैं हुण, ते नाल नाल तुहानूं अपडेट दिंदे ही रहांगे आपां। लो मित्रों, अपनी तैयारी है, रुमाल वगैरह बन लिए, गर्दा बड़ा उठता अपने इत्थे। तो रोड बड़ी कहते टापो टाप बनी हुई है। पिछे जे जाके आए असी आनंदपुर साहब, तो दुबारे फिर अपनी सवारी इधर नूं असी दसते रहांगे कित्थे पहुँच गए, किहड़े गुरद्वारा साहब आ, कित्थे कित्थे नाल दी नाल अपडेट देंदे रहांगे। ठीक है, चलो जी मिलते हैं। सवारी तैयार हो गई, अपना झोटा तैयार हो गया। ये रोपड़ वाला राह सीधा रोपड़ नहर दे नाल आ जिहड़ा। चलो जी हुण अपनी तैयारी हो गई, तो स्टार्ट होने लगे अपना घोड़ा। तो भी मित्रों मिलते हैं थोनू, तुर पे आप। झाड़ू बाण लगे हुए हैं। ਮਾਛੂਵਾੜਾ ਸਾਹਿਬ ਨੂੰ ਜਾਂਦਾ ਫਿਰੇ ਇਹ ਪੁਲ, ਗੜੀ ਦਾ ਪੁਲਾ ਮਿਲ ਜਾਂਦਾ। ਇਹ ਗੁਰਦੁਆਰਾ ਸਾਹਿਬ ਸ੍ਰੀ ਝਾੜ ਸਾਹਿਬ ਆ। ਉਹ ਵੀ ਮਿੱਤਰੋ, ਆਪਾਂ ਗੁਰਦੁਆਰਾ ਝਾੜ ਸਾਹਿਬ ਦੇ ਕੋਲ ਸੀਗੇ, ਉੱਥੇ ਪੈਟਰੋਲ ਤੇਲ ਪਵਾ ਲਿਆ 96 ਰੁਪਏ ਲੀਟਰ। ਅਤੇ ਝਾੜ ਸਾਹਿਬ ਦੇ ਨਾਲ ਹੀ ਆ ਪੈਟਰੋਲ ਪੰਪ, ਝਾੜ ਸਾਹਿਬ ਫਿਲਿੰਗ ਸਟੇਸ਼ਨ ਆ। ਠੀਕ ਆ ਜੀ, ਅਤੇ ਹੁਣ ਤੁਰਨ ਲੱਗੇ ਆਪਾਂ ਇੱਥੋਂ। देखो इत अंडरग्राउंड की हुई इत नहर, आ देखो इधर जड़ी नहर आती सी, इत नहर है नहीं गी, ये पानी उधर जा रहा वा, ओ थले अंडरग्राउंड आ।
ਉਹ ਥੱਲੇ ਥੱਲੇ ਦੀ ਨਿਕਲਦੀ ਆ, ਆ ਰਾਹ ਜਾਂਦਾ ਉੱਤੇ ਦੀ ਨਹਿਰ ਦੇ, ਉਹ ਦੇ ਥੱਲੇ ਦੀ ਨਿਕਲ ਗਈ। ਲਓ ਜੀ ਟੂਲ ਪਲਾਜ਼ਾ ਆ ਗਿਆ। ਆ ਜਾਂਦਾ ਇੱਧਰ ਆਨੰਦਪੁਰ ਸਾਹਿਬ ਮਨਾਲੀ, ਅਤੇ ਆਪਾਂ ਜਾਣਾ ਇੱਧਰ ਰੋਪੜ ਨੂੰ। ਮਿੱਤਰੋ ਇੱਧਰੋਂ ਆਏ ਹਾਂ ਆਪਾਂ, ਅਤੇ ਆਪਾਂ ਇੱਧਰ ਨੂੰ ਜਾਣਾ ਹੁਣ, ਆਹ ਪੁਲ ਚੜ੍ਹਨਾ ਆਪਾਂ। ਚਲੋ ਚੱਲੀਏ ਰੰਗੀਲਪੁਰ ਪਿੰਡ, ਰੰਗੀਲਪੁਰ ਰੰਗੀਲਪੁਰ ਦੇ ਗੇਟ ਤੋਂ ਆਪਾਂ ਖੱਬੇ ਹੋ ਜਾਣਾ। ਗੇਟ ਆਪਾਂ ਗੇਟ ਚ ਐਂਟਰ ਕਰਨਾ, ਕਿੱਥੇ ਕੁ ਰਹਿ ਗਿਆ, ਆਹੀ ਆ। ਲਓ ਜੀ ਦੇਖੋ ਜੀ ਪੇਟੀ ਚੱਕ ਲਓ, ਪੇਟੀ ਮੋਟਰਸਾਈਕਲ ਤੇ ਪੇਟੀ ਲਈ ਜਾਂਦਾ ਵਾ, ਧਿਆਨ ਨਾਲ ਬੱਸ ਆਉਂਦੀ ਆ, ਅੱਗੇ ਰੁਕ ਜਾ। ਇਹਦਾ ਮੋਟਰਸਾਈਕਲ ਦੇ ਪੇਟੀਆਂ ਲਈ ਫਿਰਦਾ ਬੰਦਾ। ਲਓ ਜੀ ਆਪਾਂ ਜੀ ਟੀ ਰੋਡ ਤੋਂ ਕ੍ਰੋਸ ਕਰਕੇ ਰੰਗੀਲਪੁਰ ਪਿੰਡ, ਉਦੋਂ ਬਾਅਦ ਆਪਣੇ ਇਹ ਮੀਆਂਪੁਰ ਫਾਟਕ ਨੇ, ਇਹ ਮੇਲਾ ਤਾਂ ਸਿੱਧੀ ਆਨੰਦਪੁਰ ਸਾਹਿਬ ਨੂੰ ਜਾਂਦੀ ਹੈ ਲੈਣ, ਹੈ ਨਾ, ਹਿਮਾਚਲ ਮੀਆਂਪੁਰ ਪਿੰਡ ਆ ਗਿਆ। ਪੰਜ ਕਿਲੋਮੀਟਰ ਉੱਥੇ ਖੁਸ਼ਬੂ ਹੋਣ ਲੱਗ ਗਈ ਵੀਰੇ, ਹੈ ਨਾ, ਬੰਦਾ ਤਾਂ ਘਟਾਣੀ ਲੱਗੇ ਹੋਣੇ ਕਦੇ। ਇਹ ਪਿੰਡ ਰਾਮਪੁਰ ਨਗਰ ਖੇੜਾ ਗ੍ਰਾਮ ਪੰਚਾਇਤ ਪਿੰਡ ਰਾਮਪੁਰ, ਇੱਥੋਂ ਸ਼ੁਰੂ ਹੁੰਦਾ ਉਹ ਰੂਹਾਨੀ ਸਫ਼ਰ। ਆਪਾਂ ਵੀਰੇ ਹੁਣ ਪਰਖਾਲੀ ਪਿੰਡ ਦੇ ਵਿੱਚ ਆ, ਇਹ ਸਾਹਮਣੇ ਸਕੂਲ ਆ, ਅਤੇ ਸਕੂਲ ਤੋਂ ਆਪਾਂ ਇੱਧਰ ਨੂੰ ਮੁੜ ਜਾਣਾ ਵਾ ਸੱਜੇ ਨੂੰ। ਬੜੇ ਸੋਹਣੇ ਰੰਗ ਹੁੰਦੇ ਆ ਨਾ, ਪਿੰਡ ਦੀ ਛੋਟੀ
ਮਾਰਕੀਟ ਆ, ਗੱਡੀਆਂ ਗੱਡੇ, ਲੈਮੀਨੇਸ਼ਨ, ਮਨੀ ਟ੍ਰਾਂਸਫਰ, ਗੁਰਦੁਆਰਾ ਬੀਬੀ ਤਪ ਸਥਾਨ ਮੁਮਤਾਜ਼ਗੜ੍ਹ ਸਾਹਿਬ। ਚਲੋ ਪਹਿਲਾਂ ਕਹਿੰਦੇ ਉਰੇ ਇਹ ਪੁਲ ਨਹੀਂ ਸੀਗਾ, ਇਹਦੇ ਥੱਲੇ ਵਿੱਚ ਦੀ ਅੰਡਰਗਰਾਊਂਡ ਜਾਣਾ ਹੁੰਦਾ ਸੀ ਨਾ, ਮੈਂ ਮੀਂਹ ਜਦੋਂ ਮੀਂਹ ਆਉਂਦੇ ਆਉਣਗੇ ਉਦੋਂ ਪਾਣੀ ਆਉਂਦਾ ਹੋਣਾ। ਯਾਰ ਬੜਾ ਸ਼ਾਂਤ ਏਰੀਆ ਨਾ। ਚਲੋ ਜੀ ਜਿੱਧਰ ਨੂੰ ਤੀਰ ਲੱਗਿਆ ਪਿੰਡ ਆਪਾਂ ਉੱਧਰ ਨੂੰ ਮੁੜ ਜਾਣਾ, ਇੱਧਰ ਨੂੰ ਜਾਣਾ। ਚਲੋ ਚਲੋ ਜੀ ਪਿੰਡ ਬੜੀ ਕੁਦਸਪੁਰ ਪੰਚਾਇਤ ਘਰ ਆ ਗਿਆ, ਆ ਸਕੂਲ ਆ ਗਿਆ, ਨਾਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜੀ ਰੂਪਨਗਰ। ਇੱਧਰ ਮੁੜਨਾ ਹਾਂਜੀ ਵੀਰੇ, ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਬੀਬੀ ਮੁਮਤਾਜ਼ਗੜ੍ਹ ਸਾਹਿਬ, ਅਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ, ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਵਾਉਂਦੇ ਹਾਂ। ਤੁਸੀਂ ਪਿੱਛੇ ਮੇਰੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇਖ ਰਹੇ ਹੋ, ਅਤੇ ਉਚਾਈ ਦੇ ਉੱਤੇ ਆ, ਆਹ ਥੱਲੇ ਸਾਰਾ ਉਚਾਈ ਦੇ ਉੱਪਰ ਖੜ੍ਹੇ ਹਾਂ ਹੁਣ ਆਪਾਂ ਇਸ ਟਾਈਮ, ਅਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਅੰਦਰ, ਨਾਲੇ ਦਰਸ਼ਨ ਕਰਵਾਉਂਦੇ ਹਾਂ, ਘੁੰਮਾਉਂਦੇ ਹਾਂ, ਇਤਿਹਾਸ ਦੇ ਨਾਲ ਜਾਣੂ ਕਰਵਾਉਂਦੇ ਹਾਂ। ਅਤੇ ਇੱਕ ਹੋਰ ਚੀਜ਼, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਰਵੀ ਡਬੀ ਬਲੌਗਸ, ਅਤੇ ਨਾਲ ਇੱਕ ਘੰਟੀ ਦਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਦਿਓ, ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨਾਲ ਦੀ ਨਾਲ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇ। ਅਤੇ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਵੀਡੀਓ, ਜੇ ਚੰਗੀ ਲੱਗੇ, ਜਾਣਕਾਰੀ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਆਪਾਂ ਤੁਹਾਡੇ ਲਈ, ਆਪਣੇ ਲਈ ਵੀ ਆਉਂਦੇ ਹਾਂ, ਤੁਹਾਡੇ ਲਈ ਵੀ ਆ, ਵੀ ਤੁਹਾਨੂੰ ਵੀ ਪਤਾ ਲੱਗ ਸਕੇ, ਅਤੇ ਤੁਸੀਂ ਵੀ ਜ਼ਰੂਰ ਇੱਥੇ ਆਇਓ। ਸ਼ਾਂਤੀ ਬਹੁਤ ਆ, ਮਾਹੌਲ ਬਹੁਤ ਵਧੀਆ ਵਾ, ਹਰਿਆਲੀ ਹਰਿਆਲੀ ਆ, ਅਤੇ ਮੌਸਮ ਥੋੜ੍ਹਾ ਜਿਹਾ ਸੀਗਾ ਅੱਜ ਧੁੰਦ ਜੀ ਵਾਲਾ, ਔਰ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਨਮ ਦਿਹਾੜਾ ਵੀ ਆ, ਅਤੇ ਉਸ ਦੇ ਸੰਬੰਧ ਦੇ ਵਿੱਚ ਵੀ ਅੱਜ ਫਿਰ ਪਹੁੰਚੇ ਹਾਂ ਅਸੀਂ ਇੱਥੇ, ਅਤੇ ਆ ਜਾਓ ਤੁਹਾਨੂੰ ਹੁਣ ਲੈ ਕੇ ਚੱਲਦੇ ਹਾਂ ਆਪਾਂ। ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਂ, ਅਤੇ ਹੁਣ ਆਪਾਂ ਉੱਪਰ ਦਰਬਾਰ ਸਾਹਿਬ ਜਾ ਰਹੇ ਹਾਂ, ਉੱਥੇ ਪਹੁੰਚ ਕੇ ਤੁਹਾਨੂੰ ਗੁਰੂ ਮਹਾਰਾਜ ਦੇ ਦਰਸ਼ਨ ਕਰਾਉਂਦੇ ਹਾਂ, ਅਤੇ ਇਤਿਹਾਸ ਦੇ ਨਾਲ ਆਪਾਂ ਤੁਹਾਨੂੰ ਜਾਣੂ ਕਰਵਾਵਾਂਗੇ। ਇਹ ਗੁਰਦੁਆਰਾ ਸਾਹਿਬ ਦੇ ਉੱਪਰ ਬਿਲਡਿੰਗ ਆ, ਔਰ ਇੱਧਰ ਸਾਰੇ ਇਹ ਪਹਾੜ ਨੇ ਨੀਚੇ ਇੱਧਰ, ਅਤੇ ਲਓ ਜੀ ਮਹਾਰਾਜ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ। ਵੀਰੇ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ, ਗੁਰਦੁਆਰਾ ਬੀਬੀ ਮੁਮਤਾਜ਼ਗੜ੍ਹ ਸਾਹਿਬ।
ਇਹ ਸਾਰਾ ਏਰੀਆ ਪਹਾੜੀ ਏਰੀਆ ਤੁਸੀਂ ਦੇਖ ਸਕਦੇ ਹੋ ਇੱਧਰ ਸ਼ਾਂਤੀ ਬਹੁਤ ਜ਼ਿਆਦੇ ਇਹ ਪੁਰਾਤਨ ਖੂਹ ਆ ਇੱਥੇ ਜਿਹੜਾ ਹੁਣ ਬੰਦ ਹੋ ਚੁੱਕੇ ਆ ਛੋਟੀ ਇੱਟਾਂ ਦੀ ਚਿਣਾਈ ਹੋਈ ਹੋਈ ਆ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤ ਜੀ ਦਰਸ਼ਨ ਕਰ ਰਹੇ ਹੋ ਧੰਨ 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 ਬੀਬੀ ਮਮਤਾਜ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ ਜਿਸ ਅਸਥਾਨ 'ਤੇ ਧੰਨ ਬੀਬੀ ਮਮਤਾਜ ਜੀਆਂ ਨੇ 100 ਤਕਰੀਬਨ 1 ਸਦੀ ਇਸ ਅਸਥਾਨ 'ਤੇ ਧੰਨ ਬੀਬੀ ਮਮਤਾਜ ਜੀਆਂ ਨੇ ਭਗਤੀ ਕੀਤੀ ਹੈ ਤਪ ਕੀਤਾ ਹੈ ਅੱਜ ਆਪ ਸੰਗਤਾਂ ਨੂੰ ਜਾਣੂ ਕਰਵਾਇਆ ਜਾਏਗਾ ਕਿ ਬੀਬੀ ਮਮਤਾਜ ਜੀ ਕੌਣ ਸਨ ਸੋ ਜਦ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸਰਸਾ ਨਦੀ 'ਤੇ ਪਰਿਵਾਰਕ ਵਿਛੋੜਾ ਪਿਆ ਸੋ ਉੱਥੇ ਧੰਨ ਬਾਬਾ ਬਚਿੱਤਰ ਸਿੰਘ ਜੀ ਜ਼ਾਲਮਾਂ ਦੇ ਨਾਲ ਟੱਕਰ ਕਰਦੇ ਸਨ ਸੋ ਉੱਥੇ ਧੰਨ ਬਾਬਾ ਬਚਿੱਤਰ ਸਿੰਘ ਜੀ ਬਹੁਤ ਹੀ ਜ਼ਖਮੀ ਹੋ ਜਾਂਦੇ ਹਨ ਸੋ ਇੱਧਰ ਧੰਨ ਬਾਬਾ ਅਜੀਤ ਸਿੰਘ ਜੀ ਜੋ ਵੱਡੇ ਸਾਹਿਬਜ਼ਾਦੇ ਸਨ ਬਾਬਾ ਬਚਿੱਤਰ ਜੀ ਨੂੰ ਉੱਥੋਂ ਲੈ ਕਰਕੇ ਨਿਆਂਖਾ ਕੋਟਲਾ ਜਿਨ੍ਹਾਂ ਦਾ ਕਿਲ੍ਹਾ ਹੈ ਜਿਨ੍ਹਾਂ ਦਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਪੱਠਾ ਠੰਡਾ ਕੀਤਾ ਸੀ ਉਹਨਾਂ ਦੇ ਕਿਲ੍ਹੇ ਵਿੱਚ ਬਾਬਾ ਬਚਿੱਤਰ ਸਿੰਘ ਜੀ ਨੂੰ ਲੈ ਕੇ ਪਹੁੰਚ ਜਾਂਦੇ ਹਨ ਕਿਉਂਕਿ ਉਸ ਅਸਥਾਨ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਕੇ ਰੁਕੇ ਹੋਏ ਸਨ ਸੋ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਾਬਾ ਬਚਿੱਤਰ ਸਿੰਘ ਜੀ ਨੂੰ ਜ਼ਖਮੀ ਹਾਲਤ ਦੇ ਵਿੱਚ ਵੇਖਿਆ ਤਾਂ ਬਹੁਤ ਹੀ ਮਨ ਉਹਨਾਂ ਦਾ ਦੁਖੀ ਹੋਇਆ ਸੋ ਅੱਗੇ ਦਾ ਵੀ ਪੈਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਤੈਅ ਕਰਨਾ ਸੀ ਸੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਾਬਾ ਬਚਿੱਤਰ ਸਿੰਘ ਜੀ ਨੂੰ ਅੱਗੇ ਲਿਜਾਣਾ ਠੀਕ ਨਾ ਸਮਝਿਆ ਨਿਆਂਖਾ ਕੋਟਲਾ ਜੀ ਨੂੰ ਬੇਨਤੀ ਕੀਤੀ ਕਿ ਇਹ ਸਾਡਾ ਜਿਗਰ ਦਾ ਟੋਟਾ ਹੈ ਜਿੰਨਾ ਕੁ ਚਿਰ ਇਸ ਦੇ ਸਵਾਸ ਹਨ ਸੋ ਆਪ ਜੀਆਂ ਨੇ ਇਸ ਦੀ ਸੇਵਾ ਕਰਨੀ ਹੈ ਇਸ ਦੀ ਸੇਵਾ ਹੀ ਸਾਡੀ ਸੇਵਾ ਹੋਵੇਗੀ ਸੋ ਨਿਆਂਖਾ ਕੋਟਲਾ ਜੀ ਨੇ ਸੱਤ ਵਚਨ ਕਹਿੰਦਿਆਂ ਹੋਇਆਂ ਉਸ ਸੇਵਾ ਨੂੰ ਪ੍ਰਵਾਨ ਕੀਤਾ ਸੋ ਬੀਬੀ ਮਮਤਾਜ ਜੀ ਉਸ ਕਮਰੇ ਦੇ ਵਿੱਚ ਜਾ ਕੇ ਜਿੱਥੇ ਬਾਬਾ ਬਚਿੱਤਰ ਸਿੰਘ ਜੀ ਨੂੰ ਪਾਇਆ ਹੋਇਆ ਸੀ ਸੋ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰਨ ਲੱਗ ਜਾਂਦੇ ਹਨ ਸੋ ਜਦੋਂ ਹੀ ਜਿਵੇਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੋਂ ਕਿਲ੍ਹੇ ਵਿੱਚੋਂ ਜਾਂਦੇ ਹਨ ਸੋ ਪਿੱਛੋਂ ਹੀ ਮੁਗਲਾਂ ਦਾ ਜੋ ਜ਼ਾਲਮ ਸੀ ਉਹਨਾਂ ਦਾ ਘੇਰਾ ਪੈ ਜਾਂਦਾ ਹੈ ਕਿਲ੍ਹੇ ਨੂੰ ਸੋ ਕਿਲ੍ਹੇ ਨੂੰ ਜਦ ਘੇਰਾ ਪੈਂਦਾ ਹੈ ਸੋ ਉਹ ਆ ਕੇ ਦਰਵਾਜ਼ਾ ਖੜਕਾਉਂਦੇ ਹਨ ਬਾਹਰ ਨਿਹੰਖਾ ਕੋਟਲਾ ਜੀ ਨਿਕਲਦੇ ਹਨ ਸੋ ਜ਼ਾਲਮ ਕਹਿੰਦੇ ਹਨ ਕਿ ਅਸੀਂ ਤੇਰੇ ਕਿਲ੍ਹੇ ਦੀ ਤਲਾਸ਼ੀ ਲੈਣੀ ਹੈ ਕਿ ਸਾਨੂੰ ਪਤਾ ਲੱਗਾ ਹੈ ਕਿ ਗੁਰੂ ਗੋਬਿੰਦ ਸਿੰਘ ਤੇਰੇ ਕਿਲ੍ਹੇ ਦੇ ਵਿੱਚ ਆ ਕੇ ਲੁਕਿਆ ਹੈ ਸੋ ਨਿਹੰਖਾ ਕੋਟਲਾ ਜੀ ਨੇ ਕਿਹਾ ਕਿ ਭਾਈ ਤੁਸੀਂ ਕਿਲ੍ਹੇ ਦੀ ਤਲਾਸ਼ੀ ਕਰ ਸਕਦੇ ਹੋ ਸੋ ਜਦ ਸਿਪਾਹੀ ਕਿਲ੍ਹੇ ਦੀ ਤਲਾਸ਼ੀ ਕਰਨ ਲੱਗੇ ਜਦ ਇੱਕ ਸਿਪਾਹੀ ਉਸ ਕਮਰੇ ਵੱਲ ਚੱਲਿਆ ਜਿਸ ਕਮਰੇ ਦੇ ਵਿੱਚ ਧੰਨ ਬੀਬੀ ਮਮਤਾਜ ਜੀ ਬਾਬਾ ਬਚਿੱਤਰ ਸਿੰਘ ਜੀ ਦੀ ਸੇਵਾ ਕਰ ਰਹੇ ਸਨ ਸੋ ਨਿਆਂਖਾ ਕੋਟਲਾ ਜੀ ਨੇ ਉਸ ਸਿਪਾਹੀ ਨੂੰ ਉੱਥੇ ਹੀ ਰੋਕ ਦਿੱਤਾ ਕਿ ਮੈਂ ਇਸ ਕਮਰੇ ਦੀ ਤਲਾਸ਼ੀ ਨਹੀਂ ਦੇਣੀ ਜਦ ਇੱਕ ਸਿਪਾਹੀ ਕਮਰੇ ਵੱਲ ਨੂੰ ਜਾਣ ਲੱਗਦਾ ਹੈ ਤਾਂ ਨਿਆਂਖਾ ਕੋਟਲਾ ਜੀ ਕਹਿੰਦੇ ਹਨ ਭਾਈ ਇੱਥੇ ਹੀ ਰੁਕ ਜਾ ਤਾਂ ਫੌਜ ਦੇ ਜਥੇਦਾਰ ਨੇ ਕਿਹਾ ਕਿ ਇਸ ਕਮਰੇ ਦੀ ਤਲਾਸ਼ੀ ਤੂੰ ਭਾਈ ਕਿਉਂ ਨਹੀਂ ਦੇਣੀ ਤਾਂ ਨਿਆਂਖਾ ਕੋਟਲਾ ਜੀ ਨੇ ਕਿਹਾ ਇਸ ਕਮਰੇ ਦੇ ਵਿੱਚ ਮੇਰਾ ਧੀ ਅਤੇ ਜਵਾਈ ਆਰਾਮ ਕਰ ਰਹੇ ਹਨ ਸੋ ਜਦ ਇਹ ਗੱਲ ਧੰਨ ਬੀਬੀ ਮਮਤਾਜ ਜੀਆਂ ਨੇ ਅੰਦਰ ਸੁਣੀ ਤਾਂ ਨਾਲ ਦੇ ਨਾਲ ਹੀ ਬਾਬਾ ਬਚਿੱਤਰ ਸਿੰਘ ਜੀ ਨੂੰ ਨਮਸਕਾਰ ਕਰਦਿਆਂ ਹੋਇਆਂ ਆਪਣਾ ਪਤੀ ਪਰਮੇਸ਼ਰ ਮੰਨ ਲਿਆ ਸੋ ਇੱਧਰ ਨਿਆਂਖਾ ਕੋਟਲਾ ਜੀ ਉਹਨਾਂ ਨੂੰ ਸਮਝਾ ਰਹੇ ਹਨ ਫੌਜਦਾਰ ਨੂੰ ਸੋ ਫੌਜਦਾਰ ਨੇ ਕਿਹਾ ਕਿ ਸਾਨੂੰ ਯਕੀਨ ਦਵਾਇਆ ਜਾਵੇ ਫਿਰ ਨਿਆਂਖਾ ਕੋਟਲਾ ਜੀ ਨੇ ਕਮਰੇ ਦੇ ਵਿੱਚ ਆਵਾਜ਼ ਮਾਰੀ ਕਿ ਬੀਬੀ ਬੇਟੀ ਮਮਤਾਜ ਮਹਿਮਾਨ ਕੀ ਕਰ ਰਹੇ ਹਨ ਸੋ
अंदरों बीबी ममताज जी ने कहा कि मेहमान आराम फरमा रहे हैं। तो न्यांखा कोटला जी ने इन्ना को यकीन दवा के फौजदार ने उत्थे गुस्ताखी माफ कहंदिया होया उत्थों चले गए। उस तो बाद शाम तक बाबा पचित्र सिंह जी सचखंड जा विराजदे हन। सो उस तो बाद न्यांखा कोटला जी कुछ सिंह बुला के दो सिंह बुला के उस ही कमरे दे विच बाबा पचित्र सिंह जी का संस्कार कर देते हैं। सो उस तो बाद कुछ समा पैन तो बाद बीबी ममताज जी न्यांखा कोटला जी नूं कहिंदे हन कि पिता जी मैनू कोई एकांत जी जगह देख के मेरा रहन बसेरा कर दिता जाए, हुण मैं उस अल्लाह ताला दी बंदगी करना चाहुंदी हाँ। सो उस तो बाद जो यह अस्थान है सो न्यांखा कोटला जी की जागीर दे विच आउंदा सी। सो यह अस्थान धन बीबी ममताज जी नूं भगती करने लई तप करने लई दे दिता गया। सो उस तो बाद बीबी ममताज जी ने इत्थे एक सदी तो वध तप कीता है। सो जद बीबी ममताज जी का अखीरली समा आया, सचखंड जा विराजन का समा आया, सो इस पहाड़ी तो थले उतर के बीबी ममताज जी उत्थे रहन लग गए। सो कुछ समा उत्थे रह के उत्थे ही शरीर त्यागया ते उत्थे अज दे समय उन्हां दी समाध बनी हुई है। सो यह इतिहास बीबी ममताज जी का है। सो आप संगतां नूं बेनती है कि आप संगत भी अपने परिवार के नाल इस अस्थान ते आपो अपनियां कीमती हाजरियां लवा के गुरु घर दियां खुशियां प्राप्त करो। वाहिगुरु जी का खालसा, वाहिगुरु जी की फतेह। संग तो इत्थे आउंदियां रहिंदियां ने पर शांति बहुत रहिंदी आ। देखो तुसीं आए किन्नी शांति आ। Mm-hmm.